ਅੱਜ ਸੁਸ਼ੀਲ ਸਿੰਘ ਦਾ ਸਾਥ ਦੇਣ ਲਈ ਤੁਸੀਂ ਪਹੁੰਚੋ ਅੱਜ ਰੋਡ ਸ਼ੋਅ ਵਿੱਚ ਵੀ ਨਾਲ ਉਹਨਾਂ ਦੇ ਜਾਓਗੇ ਕਿਵੇਂ ਲੱਗ ਰਿਹਾ ਤੇ ਜੋ ਲੋਕਾਂ ਦਾ ਹੁੰਗਾਰਾ ਹੈ ਉਸ ਨੂੰ ਵੇਖ ਕੇ ਕਿਵੇਂ ਲੱਗ ਰਿਹਾ ਅਸੀਂ ਸਾਰੇ ਜਾਣਦੇ ਹਾਂ ਕਿ ਬਾਈ ਇਲੈਕਸ਼ਨ ਲੋਕ ਸਭਾ ਦਾ ਜੋ ਜੰਦਰ ਸ਼ਹਿਰ 'ਚ ਹੋ ਰਿਹਾ ਹੈ ਔਰ ਹੁਣ ਆਖਰੀ ਪੜਾਵ ਤੇ ਪਹੁੰਚ ਗਿਆ ਹੈ ਔਰ ਸਾਰੇ ਹੀ ਇਲਾਕੇ ਦੇ ਵਿੱਚ ਸਾਰੇ ਹੀ ਕਾਰਜਕਰਤਾ 'ਚ ਬਹੁਤ ਜੋਸ਼ ਹੈ ਖਾਸ ਕਰਕੇ ਜਨਤਾ ਜਿਨ੍ਹਾਂ ਵਾਸਤੇ ਮਾਨ ਸਰਕਾਰ ਨੇ ਬਹੁਤ ਅੱਛੇ ਕੰਮ ਕੀਤੇ ਅੱਜ ਸਾਰੀ ਜਨਤਾ ਉਹਦੇ ਨਾਲ ਖੜੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਜੋ ਉਹਨਾਂ ਨੇ ਭਲਾਈ ਦੇ ਕੰਮ ਕੀਤੇ ਚਾਹੇ ਬੱਚਿਆਂ ਦੀ ਅੱਛੀ ਐਜੂਕੇਸ਼ਨ ਹੋਵੇ ਚਾਹੇ ਉਹਦੇ ਨਾਲ ਜੋ ਬਿਜਲੀ ਦਾ ਬਿੱਲ ਆਉਂਦਾ ਹੈ ਉਹ ਵੀ ਅੱਜ ਕਿਸੇ ਨੂੰ ਬਿੱਲ ਨਹੀਂ ਆ ਰਿਹਾ 0% ਬਿੱਲ ਆ ਰਿਹਾ ਹੈ ਸੋ ਇਹ ਸਾਰੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਸਾਰੀ ਜਨਤਾ ਜੋ ਹੈ ਅੱਜ ਇਕੱਠੀ ਹੋ ਕੇ ਉਹਨਾਂ ਤੈਅ ਕੀਤਾ ਹੈ ਕਿ ਅਸੀਂ ਇਸ ਵਾਰ ਫਿਰ ਜੋ ਲੋਕ ਸਭਾ ਦਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਹੈ ਉਸ ਨੂੰ ਭਾਰੀ ਭਵਨ ਜਿਤਾਉਣਾ ਹੈ ਸੋ ਮੈਂ ਸਭ ਨੂੰ ਬੇਨਤੀ ਕਰਾਂਗਾ ਸਾਰੀ ਜਨਤਾ ਨੂੰ ਕਿ ਜੋ ਸਰਕਾਰ ਗਰੀਬਾਂ ਲਈ ਮਜ਼ਦੂਰਾਂ ਲਈ ਭਲਾ ਕਰਦੀ ਹੈ ਅਸੀਂ ਸਾਰੇ ਉਹਦੇ ਨਾਲ ਖੜੇ ਹੋਈਏ ਬਹੁਤ ਬਹੁਤ ਧੰਨਵਾਦ ਇੱਕ ਛੋਟਾ ਜਿਹਾ ਸਵਾਲ ਹੈ ਕਿ ਇੱਕ ਕਾਰਨ ਦੱਸ ਦਿਓ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਤੁਸੀਂ ਨਵੇਂ ਨਵੇਂ ਤੁਸੀਂ ਆਏ ਹੋ ਕਿਉਂਕਿ ਬੀਜੇਪੀ ਦੇ ਵੱਲੋਂ ਵੀ ਬਹੁਤ ਸਾਰੀ ਚੀਜ਼ਾਂ ਕਹੀਆਂ ਗਈਆਂ ਸੀ ਕਿ ਜ਼ਬਰਦਸਤੀ ਲਿਜਾਇਆ ਗਿਆ ਜਾਂ ਫਿਰ ਜੋ ਇਮੋਸ਼ਨਲ ਬਲੈਕਮੇਲ ਵੀ ਕੀਤਾ ਗਿਆ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹੋ ਐਸੀ ਕੋਈ ਗੱਲ ਨਹੀਂ ਹੈਗੀ ਮੈਂ ਹੁਣ ਅੱਜ ਜੋ ਹੈ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਹਾਂ ਔਰ ਉਹਦੇ ਵਾਸਤੇ ਕੰਮ ਕਰ ਰਿਹਾ ਹਾਂ ਕਿਉਂਕਿ ਜੋ ਬੀਤ ਗਿਆ ਸੋ ਬੀਤ ਗਿਆ ਹੁਣ ਆਉਣ ਵਾਲੇ ਸਮੇਂ ਦੀ ਅਸੀਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਲਈ ਅੱਛਾ ਹੋਵੇ ਬਿਹਤਰ ਹੋਵੇ ਪੰਜਾਬ ਦੀ ਜਨਤਾ ਲਈ ਬਿਹਤਰ ਹੋਵੇ ਸਾਡੇ ਬੱਚਿਆਂ ਲਈ ਬਿਹਤਰ ਹੋਵੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇਹ ਕਹਿਣਾ ਹੈ ਕਿ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਹੀ ਉਹ ਇਹਦੇ ਵਿੱਚ ਸ਼ਾਮਲ ਹੋਏ ਨੇ ਅਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੁਣ ਵਰਕਰ ਨੇ ਅਤੇ ਹੁਣ ਅੱਗੇ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹ ਕੰਮ ਕਰਦੇ ਰਹਿਣਗੇ ਅੱਜ ਸੁਸ਼ੀਲ ਸਿੰਘ ਦਾ ਸਾਥ ਦੇਣ ਲਈ ਤੁਸੀਂ ਪਹੁੰਚੋ ਅੱਜ ਰੋਡ ਸ਼ੋਅ ਵਿੱਚ ਵੀ ਨਾਲ ਉਹਨਾਂ ਦੇ ਜਾਓਗੇ ਕਿਵੇਂ ਲੱਗ ਰਿਹਾ ਅਤੇ ਜੋ ਲੋਕਾਂ ਦਾ ਹੁੰਗਾਰਾ ਹੈ ਉਸ ਨੂੰ ਵੇਖ ਕੇ ਕਿਵੇਂ ਲੱਗ ਰਿਹਾ ਅਸੀਂ ਸਾਰੇ ਜਾਣਦੇ ਹਾਂ ਕਿ ਬਾਈ ਇਲੈਕਸ਼ਨ ਲੋਕ ਸਭਾ ਦਾ ਜੋ ਜਲੰਧਰ ਸ਼ਹਿਰ 'ਚ ਹੋ ਰਿਹਾ ਹੈ ਔਰ ਹੁਣ ਆਖਰੀ ਪੜਾਵ ਤੇ ਪਹੁੰਚ ਗਿਆ ਹੈ ਔਰ ਸਾਰੇ ਹੀ ਇਲਾਕੇ ਦੇ ਵਿੱਚ ਸਾਰੇ ਹੀ ਕਾਰਜਕਰਤਾ 'ਚ ਬਹੁਤ ਜੋਸ਼ ਹੈ ਖਾਸ ਕਰਕੇ ਜਨਤਾ ਜਿਨ੍ਹਾਂ ਵਾਸਤੇ ਮਾਨ ਸਰਕਾਰ ਨੇ ਬਹੁਤ ਅੱਛੇ ਕੰਮ ਕੀਤੇ ਅੱਜ ਸਾਰੀ ਜਨਤਾ ਉਹਦੇ ਨਾਲ ਖੜੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਜੋ ਉਹਨਾਂ ਨੇ ਭਲਾਈ ਦੇ ਕੰਮ ਕੀਤੇ ਚਾਹੇ ਬੱਚਿਆਂ ਦੀ ਅੱਛੀ ਐਜੂਕੇਸ਼ਨ ਹੋਵੇ ਚਾਹੇ ਉਹਦੇ ਨਾਲ ਜੋ ਬਿਜਲੀ ਦਾ ਬਿੱਲ ਆਉਂਦਾ ਹੈ ਉਹ ਵੀ ਅੱਜ ਕਿਸੇ ਨੂੰ ਬਿੱਲ ਨਹੀਂ ਆ ਰਿਹਾ 0% ਬਿੱਲ ਆ ਰਿਹਾ ਹੈ ਸੋ ਇਹ ਸਾਰੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਸਾਰੀ ਜਨਤਾ ਜੋ ਹੈ ਅੱਜ ਇਕੱਠੀ ਹੋ ਕੇ ਉਹਨਾਂ ਤੈਅ ਕੀਤਾ ਹੈ ਕਿ ਅਸੀਂ ਇਸ ਵਾਰ ਫਿਰ ਜੋ ਲੋਕ ਸਭਾ ਦਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਹੈ ਉਸ ਨੂੰ ਭਾਰੀ ਭਵਨ ਜਿਤਾਉਣਾ ਹੈ ਸੋ ਮੈਂ ਸਭ ਨੂੰ ਬੇਨਤੀ ਕਰਾਂਗਾ ਸਾਰੀ ਜਨਤਾ ਨੂੰ ਕਿ ਜੋ ਸਰਕਾਰ ਗਰੀਬਾਂ ਲਈ ਮਜ਼ਦੂਰਾਂ ਲਈ ਭਲਾ ਕਰਦੀ ਹੈ ਅਸੀਂ ਸਾਰੇ ਉਹਦੇ ਨਾਲ ਖੜੇ ਹੋਈਏ ਬਹੁਤ ਬਹੁਤ ਧੰਨਵਾਦ ਇੱਕ ਛੋਟਾ ਜਿਹਾ ਸਵਾਲ ਹੈ ਕਿ ਇੱਕ ਕਾਰਨ ਦੱਸ ਦਿਓ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਤੁਸੀਂ ਨਵੇਂ ਨਵੇਂ ਤੁਸੀਂ ਆਏ ਹੋ ਕਿਉਂਕਿ ਬੀਜੇਪੀ ਦੇ ਵੱਲੋਂ ਵੀ ਬਹੁਤ ਸਾਰੀ ਚੀਜ਼ਾਂ ਕਹੀਆਂ ਗਈਆਂ ਸੀ ਕਿ ਜ਼ਬਰਦਸਤੀ ਲਿਜਾਇਆ ਗਿਆ ਜਾਂ ਫਿਰ ਜੋ ਇਮੋਸ਼ਨਲ ਬਲੈਕਮੇਲ ਵੀ ਕੀਤਾ ਗਿਆ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹੋ ਐਸੀ ਕੋਈ ਗੱਲ ਨਹੀਂ ਹੈਗੀ ਮੈਂ ਹੁਣ ਅੱਜ ਜੋ ਹੈ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਹਾਂ ਔਰ ਉਹਦੇ ਵਾਸਤੇ ਕੰਮ ਕਰ ਰਿਹਾ ਹਾਂ ਕਿਉਂਕਿ ਜੋ ਬੀਤ ਗਿਆ ਸੋ ਬੀਤ ਗਿਆ ਹੁਣ ਆਉਣ ਵਾਲੇ ਸਮੇਂ ਦੀ ਅਸੀਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਲਈ ਅੱਛਾ ਹੋਵੇ ਬਿਹਤਰ ਹੋਵੇ ਪੰਜਾਬ ਦੀ ਜਨਤਾ ਲਈ ਬਿਹਤਰ ਹੋਵੇ ਸਾਡੇ ਬੱਚਿਆਂ ਲਈ ਬਿਹਤਰ ਹੋਵੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇਹ ਕਹਿਣਾ ਹੈ ਕਿ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਹੀ ਉਹ ਇਹਦੇ ਵਿੱਚ ਸ਼ਾਮਲ ਹੋਏ ਨੇ ਅਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੁਣ ਵਰਕਰ ਨੇ ਅਤੇ ਹੁਣ ਅੱਗੇ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹ ਕੰਮ ਕਰਦੇ ਰਹਿਣਗੇ ਕੈਮਰਾਮੈਨ ਨਵੀਨ ਦੇ ਨਾਲ ਯੋਗਿਤਾ ਦੈਨਿਕ ਸਵੇਰਾ ਟੀਵੀ ਜਲੰਧਰ